ਆਮ ਕਰਕੇ ਜਦੋਂ ਕਿਸੇ ਸਿੱਖ ਪਰਿਵਾਰ ਦੇ ਜੰਮੇ ਨੂੰ ਜਾਂ ਕਿਸੇ ਹੋਰ ਨੂੰ ਵੀ ਕੋਈ ਅੰਮ੍ਰਿਤਧਾਰੀ ਪਿਆਰ ਨਾਲ ਕਹੇ ਕਿ ਭਾਈ ਅੰਮ੍ਰਿਤ ਛਕ ਲੈ, ਗੁਰੂ ਦਾ ਹੁਕਮ ਹੈ, ਤਾਂ ਉਹ ਭਾਈ ਵੀਰ ਅੱਗੋਂ ਜਵਾਬ ਦਿੰਦਾ ਕਿ ਅਜੇ ਗੁਰੂ ਦੀ ਕਿਰਪਾ ਨਹੀਂ ਹੋਈ, ਜਦੋਂ ਗੁਰੂ ਦੀ ਕਿਰਪਾ ਹੋਊ ਛਕ ਲਵਾਂਗੇ। ਖੁਦ ਨੂੰ ਜਸਟੀਫਾਈ ਕਰਨ ਲਈ ਅਕਸਰ ਅਜਿਹਾ ਜਵਾਬ ਬਹੁਤ ਸਾਰੇ ਭੈਣ ਭਾਈ ਦਿੰਦੇ ਹਨ ਕਿ ਅਜੇ ਕਿਰਪਾ ਨਹੀਂ ਹੋਈ। ਇਸ ਬਾਰੇ ਸਿੱਖ ਪ੍ਰਚਾਰਕ ਨੇ ਬੜੀ ਵਧੀਆ ਗੱਲ ਕੀਤੀ ਹੈ, ਪਿਆਰ ਨਾਲ ਸਰਵਣ ਕਰੋ ਕਿ ਗੁਰੂ ਦੀ ਕਿਰਪਾ ਕਹਿ ਕੇ ਇਹ ਜਵਾਬ ਕਿਉਂ ਦਿੱਤਾ ਜਾਂਦਾ ਹੈ। ਕਿਸੇ ਨੂੰ ਪੁੱਛੋ ਅੰਮ੍ਰਿਤ ਕਿਉਂ ਨਹੀਂ ਛਕਦੇ, ਤੇ ਇੱਕੋ ਹੀ ਸਹੀ ਜਵਾਬ ਹੈ, ਇਹ ਸਭ ਝੂਠੇ ਜਵਾਬ ਨੇ, ਅਜੇ ਕਿਰਪਾ ਨਹੀਂ ਹੋਈ, ਅਜੇ ਸਤਿਗੁਰੂ ਕਿਰਪਾ ਕਰਨਗੇ ਤੇ ਛਕਾਂਗੇ। ਰੋਟੀ ਕਿਉਂ ਰੋਜ਼ ਖਾਣਾ, ਉਹ ਕਿਹੜਾ ਸਤਿਗੁਰੂ ਤੈਨੂੰ ਕਹਿੰਦੇ ਨੇ ਖਾ, ਕਹਿੰਦੇ ਨੇ ਖਾ। ਦੂਜੇ ਨੂੰ ਮੰਦੇ ਸ਼ਬਦ ਬੋਲਦਾ, ਗਾਲਾਂ ਕੱਢਦਾ ਏ, ਉਹ ਸਤਿਗੁਰੂ ਕਹਿੰਦੇ ਨੇ ਕੱਢ। ਸ਼ਰਾਬ ਦੀ ਬੋਤਲ ਰੋਜ਼ ਖੋਲ ਕੇ ਬਹਿਨਾ ਏ ਕਿ ਉਹ ਗੁਰੂ ਨੇ ਕਿਰਪਾ ਕੀਤੀ ਏ ਤਾਂ ਪੀਨਾ ਏ। ਚੋਰੀਆਂ ਕਰਦਾ ਏ, ਲੋਭ ਕਰਦਾ ਏ, ਬੇਈਮਾਨੀਆਂ ਕਰਦਾ ਏ, ਠੱਗੀਆਂ ਠੋਰੀਆਂ ਕਰਦਾ ਏ ਕਿ ਉਹ ਗੁਰੂ ਨੇ ਕਿਰਪਾ ਕੀਤੀ ਤਾਂ ਕਰਦਾ ਏ? ਨਹੀਂ, ਸਹੀ ਜਵਾਬ ਕੀ ਏ? ਅਜੇ ਮੈਂ ਪਾਪੀ ਹਾਂ ਤੇ ਪਾਪ ਹੋਰ ਕਰਨੇ ਨੇ, ਅਜੇ ਮੈਂ ਆਪਣਾ ਨਰਕ ਹੋਰ ਬਣਾਉਣਾ ਏ, ਅਜੇ ਮੈਂ ਆਪਣੇ ਨਰਕ ਦੀਆਂ ਕੰਧਾਂ ਹੋਰ ਉੱਚੀਆਂ ਕਰਨੀਆਂ ਨੇ, ਤਾਂ ਅੰਮ੍ਰਿਤ ਨਹੀਂ ਛਕਦਾ। ਸਹੀ ਜਵਾਬ ਏ। ਇੱਦਾਂ ਹੀ ਕਿਹਾ ਕਰੋ ਤਾਂ ਕਿ ਆਪ ਜੀ ਨੂੰ ਸਮਝ ਆ ਜਾਵੇ। ਗੁਰੂ ਦਾ ਹੁਕਮ ਹੈ, ਪ੍ਰਥਮ ਰਹਿਤ ਇਹ ਜਾਨ ਖੰਡੇ ਕੀ ਪਹੁਲ ਛਕੈ, ਤਾਂ ਫਿਰ ਇਸ ਤੋਂ ਅੱਗੇ ਕੀ ਕਹਿਣਾ ਹੈ? ਬਾਕੀ ਗੁਰੂ ਦਾ ਹੁਕਮ ਮੰਨਣਾ ਕਿ ਨਹੀਂ, ਇਹ ਹਰ ਇੱਕ ਦੀ ਮਰਜ਼ੀ ਹੈ।